हेलो फ्रेंड्स, मैं किरण कैनेडियन आईटी पटियाला वालों बोल रही हाँ। आज इस वीडियो जरिए मैं तुहानू जो कैनेडा सरकार ने केयर गिवर के तौर पर कुछ चेंजेस किए हैं उस बारे जानकारी देने जा रही हाँ। नैट की वीडियो तुम पहले ऑलरेडी पता भी दे चुकी हाँ, जिस सारिया योग्यता सहूलत बारे जानकारी दी थी, पर कैनेडा सरकार टाइम टू टाइम काफी चेंजेस करती रहती है। अज जो नवे उन्होंने प्रोग्राम शुरू किए हैं उन्होंने बारे जानकारी दे जा रही है। यह जानकारी देने तो पहला सबसे पहले मैं यह दसांगी कि साड़ी कैनेडियन आईटी पटियाला दे विच असीं शॉर्ट टर्म दे कोर्स स्टार्ट करन जा रहे हां, जिन्हां विचों डाटा एंट्री प्रिपरेटर, आईलेट्स एग्जाम, सैलरी प्रेपरेशन, ब्यूटी पार्लर, इमीग्रेशन कंसल्टेंट, नैनी, भाव की केयर गिवर, कुक, यह 6 कोर्स स्टार्ट करन जा रहे हैं। यह 6 कोर्स करके स्टूडेंट शॉर्ट टर्म दे कोर्स करके फॉरन कंट्री लई जा सकते हैं, उत्थे जाके वधिया पैसा कमा सकते हैं, क्योंकि इन्हां कोर्सां दी फॉरन कंट्री विच काफी ज्यादा डिमांड है। हुण तुहानू इस वीडियो जिहड़ी मैं उह वी नैनी दे कोर्स दा जानकारी देण जा रही हां, भाव कि जिहनूं हुण केडा सरकार ने केयर गिवर दा नाम दित्ता है, केडा सरकार टाइम टू टाइम चेंजेस करदी रहिंदी है। अगर तुसीं उह चेंजेस बारे जानकारी लैणा चाहुंदे हो तां तुसीं www.cic.gc.ca दी सरकारी वैबसाइट तों वी जानकारी लै सकदे हो। केयर गिवर प्रोग्राम नूं 2 श्रेणियां च वंडिया गया है, होम चाइल्ड केयर प्रोवाइडर एनओसी कोड 4411, दूसरा है होम सपोर्टर वर्कर एनओसी कोड 4412। यह वीडियो उन्होंने तैयार की गई है जो कनेडा तो बाहर एज ए केयर गिवर अप्लाई करना चाहते हैं, उन्होंने की योग्यता होनी चाहिए हैं, सब तुम यह दसन जा रही हाँ। किसी भी इंपलायर वास्तव थानू जॉब का ऑफर मिलना जरूरी है, जिवें कि तुसीं कनेडा तो बाहर तो कनेडा लई अपलाई कर रहे हो एज ए केयर गिवर, तो जिन्हें तुहानू कनेडा तो किसी वालों ऑफर नहीं आता जॉब लई उन्हें तुसीं उत्थे नहीं जा सकते, बट तुहानू LMI लैण की जरूरत नहीं होगी, ਤੁਹਾਡੇ ਪਾਸ ਪਲੱਸ ਟੂ ਪਾਸ ਹੋਣਾ ਬਹੁਤ ਜ਼ਰੂਰੀ ਹੈ। ਅਜੇ ਤੁਹਾਨੂੰ ਤੁਸੀਂ ਆਈਲੈਟਸ ਜਨਰਲ ਦੇ ਵਿੱਚੋਂ 5 ਵੰਡ ਲਏ ਹੋਣੇ ਚਾਹੀਦੇ ਹਨ, ਰੀਡਿੰਗ ਦੇ ਵਿੱਚੋਂ ਤੁਹਾਡੇ 4 ਵੰਡ ਹੋਣੇ ਚਾਹੀਦੇ ਹਨ ਅਤੇ ਬਾਕੀਆਂ ਦੇ ਵਿੱਚੋਂ 5 ਵੰਡ ਲੈਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਤੁਹਾਡੇ ਕੋਲ 1 ਸਾਲ ਦੀ ਟ੍ਰੇਨਿੰਗ ਹੋਣੀ ਚਾਹੀਦੀ ਹੈ ਅਤੇ ਉਸਦੀ ਕੈਨੇਡਾ ਸਰਕਾਰ ਤੋਂ ECA ਬਣਾਉਣੀ ਜ਼ਰੂਰੀ ਹੈ। ECA ਮੀਨਸ ਐਜੂਕੇਸ਼ਨਲ ਕ੍ਰੀਡੈਂਸ਼ਨਲ ਅਸੈਸਮੈਂਟ, ਭਾਵ ਕਿ ਜੋ ਵੀ ਤੁਸੀਂ ਪੜ੍ਹਾਈ ਕੀਤੀ ਹੋਈ ਹੈ ਉਹ ਪੜ੍ਹਾਈ ਤੁਹਾਡੀ ਕੈਨੇਡਾ ਸਰਕਾਰ ਦੀ ਪੜ੍ਹਾਈ ਦੇ ਬਰਾਬਰ ਹੋਣੀ ਚਾਹੀਦੀ ਹੈ ਜਾਂ ਉੱਥੇ ਵੈਲਿਡ ਹੋਣੀ ਚਾਹੀਦੀ ਹੈ। ਤੁਸੀਂ ਮੈਡੀਕਲੀ ਫਿੱਟ ਹੋਣਾ ਚਾਹੀਦੇ ਹੋ, ਤੁਸੀਂ ਮੈਡੀਕਲੀ ਫਿੱਟ ਹੋਵੋਗੇ ਤਾਂ ਹੀ ਫੋਰਨ ਕੰਟਰੀ ਜਾ ਕੇ ਈਜ਼ੀਲੀ ਜੋਬ ਕਰ ਸਕਦੇ ਹੋ ਅਤੇ ਆਪਣੀ ਪੋਸਟ ਨੂੰ ਵਧੀਆ ਢੰਗ ਨਾਲ ਸੰਭਾਲ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਪੁਲਿਸ ਕਲੀਅਰੈਂਸ ਸਰਟੀਫਿਕੇਟ ਵੀ ਲੈਣਾ ਬਹੁਤ ਜ਼ਰੂਰੀ ਹੈ ਅਤੇ ਇਹ ਬਾਇਓਮੈਟ੍ਰਿਕ ਡਿਟੇਲ ਤੁਹਾਡੀ ਹੋਣੀ ਵੀ ਬਹੁਤ ਜ਼ਰੂਰੀ ਹੈ। ਅਗਰ ਤੁਸੀਂ ਇਹ ਰਿਕੁਆਇਰਮੈਂਟ ਪੂਰੀਆਂ ਕਰਦੇ ਹੋ ਤਾਂ ਤੁਸੀਂ ਬਹੁਤ ਹੀ ਸੌਖੇ ਢੰਗ ਨਾਲ ਐਜ਼ ਏ ਕੇਅਰ ਗਿਵਰ ਕੈਨੇਡਾ ਜਾ ਸਕਦੇ ਹੋ ਅਤੇ ਕੈਨੇਡਾ ਜਾ ਕੇ ਵਧੀਆ ਜੋਬ ਕਰਕੇ ਵਧੀਆ ਪੈਸਾ ਕਮਾ ਸਕਦੇ ਹੋ। ਹੁਣ ਤੁਹਾਨੂੰ ਦੱਸਾਂਗੇ ਕੈਨੇਡਾ ਸਰਕਾਰ ਤੁਹਾਨੂੰ ਕੀ ਸਹੂਲਤਾਂ ਦੇ ਰਹੀ ਹੈ ਅਗਰ ਤੁਸੀਂ ਐਜ਼ ਏ ਕੇਅਰ ਗਿਵਰ ਕੈਨੇਡਾ ਜਾ ਰਹੇ ਹੋ। ਵੀਜ਼ਾ ਲੱਗਣ ਤੋਂ ਬਾਅਦ ਕੇਅਰ ਗਿਵਰ ਆਪਣੇ ਪਤੀ ਪਤਨੀ ਜਾਂ ਬੱਚਿਆਂ ਦੇ ਨਾਲ ਬਾਹਰ ਕੈਨੇਡਾ ਜਾ ਸਕਦੀ ਹੈ ਅਤੇ ਉਸਦਾ ਸਪਾਊਸ ਕਿਸੇ ਵੀ ਇੰਪਲਾਈਜ ਪਾਸ ਜਾ ਕੇ ਉਹ ਕੰਮ ਕਰ ਸਕਦਾ ਹੈ ਅਤੇ ਉਸਦੇ ਬੱਚੇ ਕੈਨੇਡਾ ਵਿੱਚ ਪੜ੍ਹਾਈ ਕਰ ਸਕਦੇ ਹਨ। ਕੇਅਰ ਗਿਵਰ ਨੂੰ ਕਿਸੇ ਵੀ ਇੰਪਲਾਈਜ ਦੇ ਪਾਸ 30 ਘੰਟੇ ਪਰ ਵੀਕ ਕੰਮ ਕਰਨਾ ਜ਼ਰੂਰੀ ਹੈ। ਅਗਰ ਜਦੋਂ ਕੇਅਰ ਗਿਵਰ 2 ਸਾਲ ਦੇ ਵਿੱਚ ਮੈਕਸੀਮਮ ਜਿੰਨੇ ਘੰਟੇ ਉਹਨਾਂ ਨੂੰ ਕੰਮ ਕਰਨ ਲਈ ਕਿਹਾ ਗਿਆ ਹੈ ਉਹ ਆਪਣੇ 19 ਘੰਟੇ ਕੰਮ ਕਰ ਲੈਂਦੀ ਹੈ ਤਾਂ ਉਹ ਕੈਨੇਡਾ ਦੇ ਇਮੀਗ੍ਰੇਸ਼ਨ ਆਫਿਸ ਵਿੱਚ ਜਾ ਕੇ ਵਿਦ ਪ੍ਰੂਫ ਉੱਥੇ ਦੱਸਦੀ ਹੈ ਕਿ ਉਸਨੇ ਜਿੰਨੇ ਘੰਟੇ ਨੂੰ ਕਿਹਾ ਸੀ ਉਹਨੇ ਕੰਮ ਕਰ ਲਿਆ ਹੈ ਤਾਂ ਉੱਥੋਂ ਦੀ ਜਿਹੜੀ ਇਮੀਗ੍ਰੇਸ਼ਨ ਵਿਭਾਗ ਹੈ ਉਹਦੀ PR ਦੀ ਫਾਈਲ ਦੇ ਉੱਪਰ ਵਿਚਾਰ ਕਰਦੇ ਹਨ ਅਤੇ PR ਦੇ ਲਈ ਫਾਈਲ ਨੂੰ ਲਗਾਉਂਦੇ ਹਨ। ਅਤੇ ਅਜੇ ਬਟ ਕੈਨੇਡਾ ਸਰਕਾਰ ਨੇ ਮੈਕਸੀਮਮ ਏਜ ਬਾਰੇ ਕੁਛ ਵੀ ਜਾਣਕਾਰੀ ਨਹੀਂ ਦਿੱਤੀ ਹੈ, ਪਰ ਸਾਡੀ ਸੋਚ ਦੇ ਮੁਤਾਬਿਕ ਇਮੀਗ੍ਰੇਸ਼ਨ ਦੇ ਵਿੱਚ ਇਮੀਗ੍ਰੇਸ਼ਨ ਵਿਭਾਗ ਨੇ ਮੈਕਸੀਮਮ ਏਜ ਉਨੀ ਹੀ ਰੱਖੀ ਹੋਏਗੀ ਜਿੰਨੀ PR ਐਪਲੀਕੇਸ਼ਨ ਲਈ ਹੁੰਦੀ ਹੈ, ਜਿਵੇਂ ਕਿ ਅਜੇ 31 ਸਾਲ ਦੀ ਉਮਰ ਤੱਕ ਮੈਕਸੀਮਮ ਨੰਬਰ ਮਿਲਦੇ ਰਹਿੰਦੇ ਹਨ, ਜਿਵੇਂ ਜਿਵੇਂ 31 ਸਾਲ ਤੋਂ ਬਾਅਦ ਉਮਰ ਵੱਧਦੀ ਜਾਂਦੀ ਹੈ ਤਾਂ ਉਨੇ ਨੰਬਰ ਘੱਟਦੇ ਜਾਂਦੇ ਹਨ। ਇਸ ਤਰ੍ਹਾਂ ਸ਼ਾਇਦ 29 ਸਾਲ ਦੀ ਉਮਰ ਉਹਨੇ ਰੱਖੀ ਹੋਏਗੀ ਕਿਉਂਕਿ PR ਦੇ ਵਿੱਚ ਉਹਦੇ ਬਰਾਬਰ ਹੈ। ਸੋ ਅਗਰ ਤੁਸੀਂ ਹੋਰ ਵੀ ਕੋਈ ਨਿਆਣੀ ਦੇ ਲਈ ਜਾਂ ਕੇਅਰ ਗਿਵਰ ਦੇ ਲਈ ਕੋਈ ਜਾਣਕਾਰੀ ਚਾਹੁੰਦੇ ਹੋ ਜਾਂ ਤੁਸੀਂ ਕੈਨੇਡਾ ਜਾਣ ਲਈ ਹੋਰ ਵੀ ਕੋਈ ਤੁਹਾਡੇ ਰਿਕੁਆਇਰਮੈਂਟ ਹਨ ਤਾਂ ਤੁਸੀਂ ਹੋਰ ਵੀ ਨੌਲੇਜ ਪ੍ਰਾਪਤ ਕਰਨਾ ਚਾਹੁੰਦੇ ਹੋ ਤੁਸੀਂ ਸਾਡੇ 9851011 ਨੰਬਰ ਤੇ ਕੰਟੈਕਟ ਕਰਕੇ ਜਾਣਕਾਰੀ ਲੈ ਸਕਦੇ ਹੋ, ਕਿਉਂਕਿ ਸਾਡਾ ਕੈਨੇਡੀਅਨ ਇੰਸਟੀਟਿਊਟ 18 ਸਾਲ ਤੋਂ 35 ਸਾਲ ਤੱਕ ਦੇ ਲੜਕੇ ਲਗੇ ਲੜਕੀਆਂ ਨੂੰ ਪ੍ਰੋਪਰ ਫੋਰਨ ਕੰਟਰੀ ਜਾਣ ਲਈ A to Z ਟ੍ਰੇਨਿੰਗ ਦਿੰਦਾ ਹੈ। ਸੋ ਅਗਰ ਦੋਸਤੋ ਤੁਹਾਨੂੰ ਕੋਈ ਹੋਰ ਵੀ ਜਾਣਕਾਰੀ ਲੋੜ ਹੈ ਤੁਸੀਂ ਸਾਡੇ ਨੰਬਰ 9851011148 ਤੇ ਕੰਟੈਕਟ ਕਰ ਸਕਦੇ ਹੋ। ਯਾਦ ਰੱਖਿਓ 9851011148 ਅਤੇ ਸਾਡੇ ਯੂਟਿਊਬ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ, ਔਰ ਟਾਈਮ ਟੂ ਟਾਈਮ ਅਸੀਂ ਤੁਹਾਨੂੰ ਹੋਰ ਵੀ ਵੀਡੀਓ ਦੇਖ ਕੇ ਤੁਹਾਡੀ ਨੌਲੇਜ ਨੂੰ ਵਧਾਉਂਦੇ ਰਹਾਂਗੇ। ਥੈਂਕ ਯੂ।